ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਚੜ੍ਹਦੇ ਪੰਜਾਬ ਤੋਂ ਸਿੱਖ ਭਰਾ ਗਏ ਨੇ ਪੰਜਾਬੀ ਕੌਂਸਲਟ ਦੇ ਵਿੱਚ ਪਾਕਿਸਤਾਨ ਦੇ ਵਿੱਚ, ਅਤੇ ਉੱਥੇ ਇੱਕ ਸਿੱਖ ਭਰਾ ਨੇ ਇੱਕ ਮੁਸਲਮਾਨ ਭਰਾ ਦੇ ਸਿਰ 'ਤੇ ਪੱਗ ਬੰਨ੍ਹੀ ਆ। ਆਓ ਆਪਾਂ ਉਹ ਚੀਜ਼ ਦੇਖਦੇ ਹਾਂ ਵੀ ਕੀ ਰਿਐਕਸ਼ਨ ਆ ਅਤੇ ਕੀ ਗੱਲਬਾਤ ਹੋਈ ਆ ਉਹਨਾਂ ਵਿੱਚ। ਆਪਾਂ ਕਰਦੇ ਹਾਂ ਸਟਾਰਟ। ਤੈਨੂੰ ਸਰਤਾਜ ਬਣਾ ਦੇਣਾ, ਇਹਨੂੰ ਫੜ ਲੈ। ਵੀਰ ਮੇਰੇ ਨੇ ਕਿਹਾ ਕਿ ਮੈਂ ਦਸਤਾਰ ਬੰਨਣੀ ਹੈ, ਮੈਂ ਕਿਹਾ ਸਜਾ ਦਿੰਦੇ ਆ। ਸਾਡੇ ਦਸਤਾਰ ਬੰਨਦੇ ਨਹੀਂ, ਦਸਤਾਰ ਸਜਾਉਂਦੇ ਆ। ਕੱਪੜਾ ਲਾ ਜਿਹੜੀ ਮੈਂ ਬੰਨੀ ਹੈ 7.5 meter ਦੀ ਹੈ। ਪਿੰਡ 'ਚ ਵਿਆਹ ਹੋ ਜਾਏ ਕਿਸੇ ਪੰਜਾਬੀ ਘਰ 'ਚ, ਤੇ ਫਿਰ ਹੋਇਆ ਵੀ ਥੱਪਣਾ ਪੈ ਦੇ, ਮੱਝਾਂ ਵੀ ਚੋਣੀਆਂ। MYK ਨਿਊਜ਼ ਕੀ ਵੀਡੀਓਜ਼ ਦੇਖਨੇ ਕੇ ਲਈ ਹਮਾਰਾ ਚੈਨਲ ਸਬਸਕ੍ਰਾਈਬ ਕੀਜੀਏ ਔਰ ਬੈਲ ਆਈਕੋਨ ਕੋ ਕਲਿੱਕ ਕੀਜੀਏ ਤਾਂਕਿ ਆਪ ਹਮਾਰੀ ਆਨੇ ਵਾਲੀ ਵੀਡੀਓ ਸੇ ਬਾਖਬਰ ਰਹਿ ਸਕੇ। ਅਸਲਾਮ ਅਲੈਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ MYK ਨਿਊਜ਼ ਤੇ ਮੈਂ ਤੁਹਾਡੇ ਨਾਲ ਸਨਮ ਵਕਾਸ। ਨਾਜ਼ਰੀਨ, ਲਾਹੌਰ ਦੇ ਵਿੱਚ ਇੱਕ ਇਵੈਂਟ ਦਾ ਇਨਕਾਦ ਕੀਤਾ ਗਿਆ ਹੈ ਜਿਹਦਾ ਨਾਮ ਮਾਂ ਬੋਲੀ ਦੇ ਨਾਮ ਤੋਂ ਰੱਖਿਆ ਗਿਆ ਹੈ, ਜਿਹੜੀ ਪੰਜਾਬੀ ਜ਼ਬਾਨ ਨੂੰ ਉਜਾਗਰ ਕਰਨ ਲਈ ਜਿਸ ਇਵੈਂਟ ਦਾ ਇਨਕਾਦ ਕੀਤਾ ਗਿਆ। ਇੱਥੇ ਬਹੁਤ ਸਾਰੇ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਆਰਟਿਸਟ ਵੀ ਮੌਜੂਦ ਨੇ ਅਤੇ ਬਹੁਤ ਸਾਰੇ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਲੋਕ ਵੀ ਮੌਜੂਦ ਨੇ, ਅਤੇ ਆਇਓ ਲਾਉਂਦੇ ਹਾਂ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਲੋਕਾਂ ਨਾਲ ਗੱਪਸ਼ਪ। ਇਹ ਮਾਂ ਬੋਲੀ ਇਵੈਂਟ 'ਚ ਆ ਕੇ ਕੱਪੜੇ ਨੂੰ ਵੱਟਦੇ ਹੀ ਜਾ ਰਹੇ ਹੋ, ਕੀ ਕਰ? ਇਹ ਵਾਲ ਖੁੱਲ੍ਹੇ ਰਹਿੰਦੇ। ਹਾਂ, ਤੈਨੂੰ ਸਰਤਾਜ ਬਣਾ ਦੇਣਾ, ਇਹਨੂੰ ਫੜ ਲੈ। ਅੱਛਾ ਜੀ, ਇਹ ਵੀਰ ਮੇਰੇ ਨੇ ਕਿਹਾ ਕਿ ਮੈਂ ਦਸਤਾਰ ਬੰਨਣੀ ਹੈ, ਇਹਨੂੰ ਖਿੱਚ ਕੇ ਰੱਖਣਾ, ਠੀਕ ਹੈ? ਅਤੇ ਮੈਂ ਕਿਹਾ ਸਜਾ ਦਿੰਦੇ ਹਾਂ। ਸਾਡੇ ਦਸਤਾਰ ਬੰਨਦੇ ਨਹੀਂ, ਦਸਤਾਰ ਸਜਾਉਂਦੇ ਆ, ਹੈ ਨਾ? ਦਸਤਾਰ ਹੈ ਨਾ ਜਿਹੜੀ, ਉਹ ਤਾਜ ਹੁੰਦੀ ਹੈ ਸਾਡਾ, ਇੱਧਰਲੇ ਪੰਜਾਬ ਦਾ ਵੀ ਹੈ। ਕੱਪੜਾ ਲਾ ਜਿਹੜੀ ਮੈਂ ਬੰਨੀ ਹੈ 7.5 meter ਦੀ ਹੈ। ਇਹਨੂੰ 6 ਵਾਲ ਆਉਂਦੇ ਆ। ਅਸਲ 'ਚ ਨਾ 7.5 meter ਕੱਪੜਾ ਲੈ ਕੇ ਉਹਨੂੰ ਅਸੀਂ ਅੱਧ 'ਚੋਂ ਕੱਟ ਕੇ ਅਤੇ ਵਿੱਚ ਸੀਨ ਪਾ ਲੈਂਦੇ, ਉਹ ਛੋਟਾ ਹੋ ਜਾਂਦਾ। ਹਾਂਜੀ, ਸਿਲਾਈ ਸਪੈਸ਼ਲਿਸਟ ਹੀ ਹੁੰਦੇ ਆ ਉੱਧਰ, ਹੈ ਨਾ? ਅਤੇ ਉਹ ਇਹਨੂੰ ਇੱਦਾਂ ਸੈੱਟ ਕਰ ਦਿੰਦੇ ਆ, ਜਿਵੇਂ ਇਹ ਸਿੰਗਲ ਲੜ ਦੀ ਪੱਗ ਹੈ, ਅਸੀਂ ਡਬਲ ਕਰਦੇ ਹਾਂ, ਹੈ ਨਾ? ਬਠਿੰਡੇ ਤੋਂ ਜੀ। ਹਾਂਜੀ, ਕਾਨਫਰੰਸ 'ਤੇ ਹੀ ਆਇਆ ਮੈਂ। ਕਾਨਫਰੰਸ ਦਾ ਪ੍ਰਬੰਧ ਬਹੁਤ ਵਧੀਆ ਤੇ ਆ ਦੇਖੋ ਹੁਣ ਇਹਦੇ ਤੁਰ ਲਾਇਆ, ਉਹਦਾ ਰਸ਼ ਵੀ ਬਹੁਤ ਹੈ, ਪਰ ਸਟਿਲ ਇੰਨੇ ਰਸ਼ ਨੂੰ ਮੈਨੇਜ ਕਰਨਾ ਵੀ ਔਖਾ ਹੁੰਦਾ, ਨੋ ਡਾਊਟ। ਸੈਕਿੰਡ, ਇਹੋ ਜਿਹੀਆਂ ਕਾਨਫਰੰਸਸ ਹੈ ਜਿਹੜੀਆਂ ਉਹ ਮੁਹੱਬਤ ਫੈਲਾਉਣ ਦੇ ਵਿੱਚ ਇੱਕ ਟੂਲ ਸਾਬਿਤ ਹੋ ਸਕਦੀਆਂ। ਜਿੱਦਾਂ ਪਾਇਆ ਤੁਸੀਂ ਸਾਡੇ ਪੰਜਾਬ, ਤੁਹਾਡਾ ਪੰਜਾਬ ਕਿਹੜਾ? ਉਧਰਲਾ ਪੰਜਾਬ ਤੁਹਾਡਾ ਹੈ ਨਾ, ਤਾਂ ਸਾਡਾ ਤੁਹਾਡਾ ਕੁਛ ਨੀ, ਸਾਡੇ ਪੰਜਾਬ ਹੈ ਦੋਨੋਂ ਹੀ। ਚੜ੍ਹਦਾ ਤੇ ਲਹਿੰਦਾ ਦੋ ਹੋ ਗਏ, ਉਹ ਵੀ ਵਿੱਚ ਲਾਈਨ ਬਣਾ ਤੀ ਕਿਸੇ ਨੇ, ਅਦਰਵਾਈਜ਼ ਇੱਕੋ ਹੀ ਪੰਜਾਬ ਹੈ। ਜਿਹੜਾ ਥੱਲੇ ਜੁਗਨੀ ਆ, ਆਹ ਕੈਂਠਾ, ਆਹ ਜੁਗਨੀ, ਇਹ ਰੀਅਲ ਗੋਲਡ ਦਾ। ਨਹੀਂ, ਮੈਂ ਰੈਗੂਲਰ ਨਹੀਂ ਰੱਖਦਾ, ਜਦੋਂ ਕੋਈ ਫੰਕਸ਼ਨ ਹੁੰਦਾ ਉਦੋਂ ਪਾਉਣਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਪੰਜਾਬੀ ਦੇ ਮਾਂ ਬੋਲੀ ਇਵੈਂਟ ਤੇ ਮੌਜੂਦ ਹਾਂ, ਤੇ ਇਹਦੇ ਖੂਬਸੂਰਤ ਕੁੜੀ ਵੀ ਮੌਜੂਦ ਹੈ। ਚੜ੍ਹਦੇ ਪੰਜਾਬ ਦੇ ਹੋ ਕੇ ਲੈਂਦੇ ਪੰਜਾਬ,
ਪੰਜਾਬ ਬੜੇ ਸੋਹਣੇ ਹੋ ਕਿਉਂ ਪਤਾ ਨਹੀਂ ਵਜ੍ਹਾ ਪੈਦਾਇਸ਼ੀ ਹੋ ਨਹੀਂ ਪੰਜਾਬੀ ਪਿਆਰੇ ਹੋਤੇ ਹੈ ਪੰਜਾਬੀ ਪਿਆਰੇ ਹੋਤੇ ਹੈ ਘਰ 'ਚ ਕਿਹੜੀ ਜ਼ਬਾਨ ਬੋਲਦੇ ਉਰਦੂ ਬੋਲਦੇ ਉਰਦੂ ਜੀ ਕਿਉਂ ਬਸ ਸ਼ੁਰੂ ਮਾਮਾ ਬਾਬਾ ਵੀ ਪੰਜਾਬੀ ਨਹੀਂ ਬੋਲਦੇ ਨਹੀਂ ਉਹ ਪੰਜਾਬੀ ਬੋਲਦੇ ਹੈ ਲੇਕਿਨ ਉਹਨੇ ਸਿਖਾਈ ਨਹੀਂ ਹੈ ਪੰਜਾਬੀ ਕਿਉਂ ਨਹੀਂ ਸਿਖਾਈ ਜਦ ਆਪ ਬੋਲਦੇ ਨੇ ਤਾਂ ਸਾਨੂੰ ਕਿਉਂ ਨਹੀਂ ਸਿਖਾਈ ਪਤਾ ਨਹੀਂ ਪੰਜਾਬੀ ਤਾਂ ਬੜੀ ਸੋਹਣੀ ਜ਼ਬਾਨ ਜੀ ਅੱਛੀ ਜ਼ਬਾਨ ਹੈ ਅੱਛਾ ਲੱਗਦਾ ਹੈ ਪੰਜਾਬੀ ਲੋਕਾਂ ਨੂੰ ਮਿਲਣਾ ਅੱਛਾ ਲੱਗਦਾ ਪੰਜਾਬੀ ਕਲਚਰ ਅੱਛਾ ਲੱਗਦਾ ਹੈ ਲੇਕਿਨ ਸਮਝ ਆਉਂਦੀ ਹੈ ਪੰਜਾਬੀ ਲੇਕਿਨ ਬੋਲਣੇ ਕੀ ਪ੍ਰੈਕਟਿਸ ਨਹੀਂ ਹੈ ਪਿੰਡ 'ਚ ਵਿਆਹ ਹੋ ਜੇ ਕਿਸੇ ਪੰਜਾਬੀ ਘਰ 'ਚ ਤਾਂ ਫਿਰ ਦੇਖ ਲਈਏ ਉਹ ਵੀ ਥੱਪਣਾ ਪੈ ਤੇ ਮੱਝਾਂ ਵੀ ਚੋਣੀਆਂ ਨਹੀਂ ਅਲੱਗ ਬਚਾ ਕੇ ਰੱਖੇਗਾ ਐਸੇ ਹਾਲਾਤ ਦੇ ਕਿਉਂ ਇੰਨਾ ਸੋਹਣਾ ਕਲਚਰ ਹੈ ਪੰਜਾਬੀਆਂ ਦਾ ਪਿੰਡਾਂ ਦਾ ਨਹੀਂ ਲੇਕਿਨ ਜੋ ਆਪ ਕਹਿ ਨਾ ਗੋਇਆ ਥੱਪਣਾ ਪਏ ਉਹ ਨਹੀਂ ਉਹ ਮੁਸ਼ਕਿਲ ਹੈ ਗੋਇਆ ਥੱਪਣਾ ਕੋਈ ਮੁਸ਼ਕਿਲ ਅੱਛਾ ਚਲੇ ਕਰਕੇ ਦੇਖੇਂਗੇ ਕਰਨਾ ਪੜਾ ਤੋ ਕਰ ਲੇਂਗੀ ਕੋਸ਼ਿਸ਼ ਕਰੇਂਗੇ ਅਗਰ ਕੋਈ ਬੰਦਾ ਐਸਾ ਮਿਲ ਗਿਆ ਜਿਸ ਕੇ ਲਈ ਕਰਨਾ ਪੜਾ ਤੋ ਕਰ ਲੇ ਕੋਈ ਇੰਜੋਏ ਕਰ ਰਹੇ ਹੋ ਜੀ ਬਹੁਤ ਬਹੁਤ ਇੰਜੋਏ ਚਾਹੀਦੇ ਨੇ ਇਸ ਤਰ੍ਹਾਂ ਦੇ ਪੰਜਾਬੀ ਇਵੈਂਟਸ ਹੋਣੇ ਚਾਹੀਏ ਬਹੁਤ ਇੰਜੋਏ ਕਰ ਰਹੇ ਯਹਾਂ ਪੇ ਡਿਫਰੈਂਟ ਲੋਗੋਂ ਸੇ ਮਿਲੇ ਡਿਫਰੈਂਟ ਖਾਣੇ ਖਾਏ ਬਹੁਤ ਅੱਛਾ ਲੱਗਾ ਲੋਗੋਂ ਸੇ ਮਿਲ ਕੇ ਸਭ ਕੇ ਸਾਥ ਚਾਏ ਪੀ ਬਾਤੇ ਕੀ ਬਹੁਤ ਅੱਛਾ ਲੱਗਾ ਅਮੀਰਾ ਜਿਹੜੀ ਚੰਗੀ ਭਲੀ ਪੰਜਾਬੀ ਦਾ ਸਤਿਆ ਨਾਸ ਕਰ ਦਿੰਦੀ ਅਸਾਂ ਮੈਂ ਨਾ ਵਾਲੇਕੁਮ ਸਲਾਮ ਮੈਂ ਕਈ ਕਈ ਕੁੜੀਆਂ ਦਾ ਵੀ ਸਤਿਆ ਨਾਸ ਕਰ ਦਿੰਦੀ ਹੈ ਬਚ ਜਾਏ ਮੇਰੇ ਹੱਥੋਂ ਅੱਜ ਇੰਜ ਕਰਦੇ ਉਸ ਹਾਲੇ ਤਾਂ ਦੇਖਿਆ ਨਹੀਂ ਹੋਣਾ ਭੈਣੇ ਕੀ ਗੱਲ ਸੀ ਕਿ ਪੰਜਾਬੀ ਦੇ ਵਿੱਚ ਤੁਸੀਂ ਇੰਟਰਵਿਊ ਕਰਨਾ ਸਟਾਰਟ ਕੀਤੇ ਪੰਜਾਬੀ ਨਾਲ ਇੰਨੀ ਲਗਨ ਕਿਉਂ ਰੱਖੀ ਬਸ ਮੇਦੇ 'ਚ ਮੇਰੇ ਦਰਦ ਰਹਿੰਦੀ ਸੀ ਮੈਂ ਪੰਜਾਬੀ ਬੋਲਣਾ ਸ਼ੁਰੂ ਕਰਤੀ ਮੈਂ ਸਹੀ ਹੋ ਗਈ ਮੈਂ ਕਿਹਾ ਚਲੋ ਉਰਦੂ ਵੈਸੇ ਬੋਲਣੀ ਆਉਂਦੀ ਮੈਨੂੰ ਉਰਦੂ ਆਉਂਦੀ ਆ ਅਲਹਮਦੁਲਿਲਾ ਬੜੀ ਅੱਛੀ ਆਉਂਦੀ ਆ ਅੱਛਾ ਅਬ ਯੇ ਚਾਹਤੀ ਮੈਂ ਉਰਦੂ ਮੇਂ ਬਾਤ ਕਰੂੰ ਪਰ ਮੇਰੀ ਉਰਦੂ ਆਪਕੋ ਪਸੰਦ ਨਹੀਂ ਆਏਗੀ ਇੰਗਲਿਸ਼ ਵੀ ਆਉਂਦੀ ਹਾਂ ਇਹਨੂੰ ਲੱਗਦਾ ਮੈਨੂੰ ਕੋਈ ਹੋਰ ਕੁਛ ਨਹੀਂ ਆਉਂਦਾ ਪੰਜਾਬੀ ਪਸ਼ਤੋ ਵੀ ਬੋਲ ਲੈਂਦੀਆਂ ਭੈਣੇ ਅਤੇ ਪਿੱਛੋਂ ਫੈਸਲਾਬਾਦ ਹਾਂਜੀ ਮੈਂ ਫੈਸਲਾਬਾਦ ਹੀ ਹਾਂ ਤਦੇ ਜੁਗਤਾਂ ਥੋੜ੍ਹੀ ਥੋੜ੍ਹੀਆਂ ਜ਼ਿਆਦਾ ਸੋਹਣੇ ਹੋ ਕੀ ਰਾਗ ਕੀ ਰਾਜ ਆ ਇਹ ਤਾਂ ਪਹਿਲੀ ਗੱਲ ਇਹਨੇ ਝੂਠ ਬੋਲੀ ਇੰਨੇ ਸੋਹਣੇ ਹੋ ਮੈਨੂੰ ਪਤਾ ਐਵੇਂ ਦਿਲ ਰੱਖ ਇੰਨੇ ਸੋਹਣੇ ਪਹਿਲੀ ਗੱਲ ਇਹ ਝੂਠੀ ਦੂਜਾ ਰਾਜ ਕੀ ਹੋਣਾ ਮੇਕਅਪ ਤੋਂ ਬਗੈਰ ਆਪਣਾ ਮੂੰਹ ਦੇਖਿਆ ਡਰ ਗਏ ਮੈਂ ਮੇਕਅਪ ਕਰਕੇ ਵੀ ਆਪਣਾ ਮੂੰਹ ਦੇਖਦੀ ਡਰ ਜਾਂਦੀ ਹਾਂ ਕਿਉਂ ਬਸ ਮੇਕਅਪ ਆਰਟਿਸਟ ਇੰਨਾ ਬੁਰਾ ਰੱਖ ਨਹੀਂ ਮੈਂ ਆਪ ਅੱਛਾ ਤਦੇ ਡਰਦੇ ਤੁਹਾਡਾ ਡਰਨਾ ਵਾ ਮੈਂ ਆਪ ਹੀ ਕਰਦੀ ਮੈਂ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਸਾਰਿਆਂ ਨੂੰ ਕਿ ਜਿਹੜੇ ਪੰਜਾਬੀ ਛੱਡ ਗਏ ਤੇ ਦੌੜ ਰਹੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣੀ ਹੈ ਉਰਦੂ ਸਿਖਾਉਣੀ ਹੈ ਪੰਜਾਬੀ ਨਹੀਂ ਪੰਜਾਬੀ ਤੋਂ ਦੂਰ ਨਾ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਚਾਹੀਦਾ ਕਿਉਂਕਿ ਅਸੀਂ ਪੰਜਾਬੀ ਹਾਂ ਪੰਜਾਬ 'ਚ ਰਹਿੰਦੇ ਹਾਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਕਿ ਇਹ ਐਂਕਰ ਵੀ ਉਰਦੂ 'ਚ ਹੀ ਕਰਦੀ ਹੋਣੀ ਸ਼ੋਅ ਅੱਜ ਪੰਜਾਬੀ 'ਤੇ ਉਤਰੀ ਹੋਈ ਆ ਪੰਜਾਬ ਕੋਸ਼ਿਸ਼ ਕੀਤੀ ਸੀ ਸੋ ਫਖਰ ਮਹਿਸੂਸ ਕਰਿਆ ਕਰੋ ਮੈਂ ਫਖਰ ਮਹਿਸੂਸ ਕਰਦੀ ਹਾਂ ਚਾਹੀਦਾ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਪੰਜਾਬੀ ਜ਼ਬਾਨ ਅਸੀਂ ਕੰਮ ਬੋਲਣ ਲੱਗ ਗਏ ਕੀ ਪੰਜਾਬੀ ਅਸੀਂ ਤਾਂ ਸ਼ੁਰੂ ਤੋਂ ਪੰਜਾਬੀ ਬੋਲਨੇ ਬੱਚਿਆਂ ਨੂੰ ਵੀ ਸਿਖਾਈ ਹਾਂਜੀ ਕਿੱਥੋਂ ਆਏ ਜੇ ਚੜ੍ਹਦੇ ਪੰਜਾਬ ਤੋਂ ਚੜ੍ਹਦੇ ਕੀ ਕਹੋਗੇ ਅੱਜ ਦੇ ਇਵੈਂਟ ਦੇ ਬਾਰੇ ਹਾਂਜੀ ਕੀ ਕਹੋਗੇ ਅੱਜ ਦੇ ਇਵੈਂਟ ਦੇ ਬਾਰੇ ਬਹੁਤ ਅੱਛਾ ਲੱਗਿਆ ਔਰ ਬਹੁਤ ਵਧੀਆ ਰਿਹਾ ਲੋਕ ਬੜੇ ਮੁਹੱਬਤੀ ਹੈ ਪੰਜਾਬੀ ਜ਼ੁਬਾਨ ਨਾਲ ਕੀ ਨਹੀਂ ਮੁਹੱਬਤ ਮੁਹੱਬਤ ਦਾ ਪੈ ਵੀ ਪੈਮਾਨਾ ਨਹੀਂ ਹੁੰਦਾ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ 'ਚ ਕੀ ਫਰਕ ਕੋਈ ਜ਼ਿਆਦਾ ਫਰਕ ਨਹੀਂ ਇੱਕੋ ਜਿਹੇ ਦੋਨੇ ਇੱਕੋ ਮਾਂ ਦੇ ਪੁੱਤ ਦੋ ਹੀ ਹੁੰਦੇ ਆ ਬਸ ਮੇਰੇ ਨਾਲ ਆਮਿਰ ਹਯਾਤ ਸਾਹਿਬ ਮੌਜੂਦ ਨੇ ਜਿਨ੍ਹਾਂ ਨੂੰ ਇਹ ਅੱਜ ਦੇ ਇਵੈਂਟ 'ਚ ਅਵਾਰਡ ਮਿਲਿਆ ਹੈਗਾ ਸਰ ਸਭ ਤੋਂ ਪਹਿਲੇ ਅਸਲਾਮ ਅਲੈਕੁਮ ਇਸ ਅਵਾਰਡ ਦੇ ਬਾਰੇ 'ਚ ਦੱਸੋ ਕਿ ਕਿਸ ਕੈਟਾਗਰੀ ਦੇ ਵਿੱਚ ਤੁਹਾਨੂੰ ਮਿਲ ਅੱਛਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਵਕਤ ਦੇ ਰਹੇ ਹੋ ਇਹ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਜਿਹੜੀ ਦੂਜੀ ਕਾਨਫਰੰਸ ਪੰਜਾਬੀ ਦੀ ਹੋ ਰਹੀ ਹੈ ਇੰਟਰਨੈਸ਼ਨਲ ਪਲੈਕ ਅਤੇ ਜਿਹੜੀ ਪੰਜਾਬੀ ਦੀ ਪੰਜਾਬੀ ਪ੍ਰਚਾਰ ਤਨਜ਼ੀਮ ਹੈ ਉਹਨਾਂ ਨੇ ਸ਼ੁਰੂ ਕੀਤਾ
ਐਗਰੀਕਲਚਰ ਦੀ ਕੈਟੇਗਰੀ ਪਹਿਲੀ ਇਹਨਾਂ ਨੇ ਸ਼ੁਰੂ ਕੀਤੀ ਹੈ, ਪਹਿਲੇ ਹੋਰ ਕੈਟੇਗਰੀ 'ਚ ਅਵਾਰਡ ਦਿੰਦੇ ਸਨ ਲੇਕਿਨ ਐਗਰੀਕਲਚਰ 'ਚ ਨਹੀਂ ਸੀ, ਅਤੇ ਇਹ ਬਹੁਤ ਇੱਕ ਮੇਰੇ ਵਾਸਤੇ ਇਜ਼ਾਜ਼ ਦੀ ਗੱਲ ਹੈ ਔਰ ਸ਼ਾਇਦ ਮੇਰੇ ਉੱਤੇ ਹੋਰ ਵਾਰ ਪੈ ਗਿਆ ਕਿ ਜਿਹੜਾ ਮੈਂ ਅੱਗੇ ਕੰਮ ਕਰ ਰਿਹਾ ਸਾਂ ਉਹਦੀ ਐਕਨੋਲੇਜਮੈਂਟ ਇਹਨਾਂ ਨੇ ਕੀਤੀ ਹੈ, ਇਹਨਾਂ ਦੀ ਮਿਹਰਬਾਨੀ ਹੈ ਔਰ ਇਹ ਅਵਾਰਡ ਜਿਹੜਾ ਹੈ ਮੈਂ ਪੂਰੇ ਪਾਕਿਸਤਾਨ ਦੇ ਜਿਹੜੇ ਕਿਸਾਨ ਸਪੈਸ਼ਲੀ ਪੰਜਾਬੀ ਕਾਸ਼ਤਕਾਰ ਨੇ ਉਹਨਾਂ ਦਾ ਨਾਮ ਜ਼ਰੂਰ ਕਰਾਂਗਾ ਔਰ ਇਹ ਮੇਰੇ 'ਤੇ ਹੋਰ ਭਾਰ ਪੈ ਗਿਆ ਮੇਰੇ ਮੋਢਿਆਂ 'ਤੇ ਜਿਹਦੇ ਨਾਲ ਮੈਨੂੰ ਹੋਰ ਕੰਮ ਕਰਨਾ ਪਏਗਾ ਔਰ ਇਹ ਵਾਕਈ ਖੁਸ਼ੀ ਦੀ ਗੱਲ ਹੈ। ਪੰਜਾਬੀ ਬੜੀ ਮਿੱਠੀ ਜ਼ਬਾਨ ਹੈ ਲੇਕਿਨ ਅਸੀਂ ਦੌਰੇ ਜਦੀਦ ਦੇ ਵਿੱਚ ਇੰਨੇ ਕੁ ਅੱਗੇ ਵੱਧ ਚੁੱਕੇ ਹਾਂ ਕਿ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਬਹੁਤ ਪਿੱਛੇ ਛੱਡ ਆਏ ਹਾਂ। ਪੰਜਾਬੀ ਕਲਚਰ ਬਹੁਤ ਹੀ ਮਿੱਠਾ, ਸੋਨਾ ਅਤੇ ਪਿਆਰ ਕਰਨ ਵਾਲਾ ਕਲਚਰ ਹੈ। ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਦੇ ਅੰਦਰ ਥੋੜ੍ਹਾ ਆਪਣੇ ਇਸ ਕਲਚਰ ਨੂੰ ਵੀ ਡਿਲੀਵਰ ਕਰੋ। ਇਹ ਸਾਡੇ ਵੱਡਿਆਂ ਦਾ ਕਲਚਰ ਹੈਗਾ ਅਤੇ ਬੜਾ ਹੀ ਜਿਹੜਾ ਹੈ ਉਹ ਇੱਜ਼ਤ ਵਾਲਾ ਕਲਚਰ ਹੈਗਾ, ਬੜੀ ਮੁਹੱਬਤ ਵਾਲਾ ਕਲਚਰ ਹੈ। ਵੀਡੀਓ ਅੱਛੀ ਲੱਗੇ ਤਾਂ ਐਮ ਵਾਈ ਕੇ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰ ਦੇਣਾ। ਆਪਣੀ ਰਾਏ ਕਮੈਂਟ ਸੈਕਸ਼ਨ 'ਚ। ਬਹੁਤ ਵਧੀਆ ਸੀਗੀ ਜੀ ਵੀਡੀਓ, ਅਤੇ ਇਹਦੇ ਵਿੱਚ ਜਿਵੇਂ ਉਹ ਉਹਨਾਂ ਨੇ ਪੱਗ ਬੰਨੀ, ਉਹ ਕਹਿੰਦੇ ਵੀ ਬੰਨਣੀ ਨਹੀਂ, ਅਸੀਂ ਸਜਾਉਂਦੇ ਹਾਂ ਪੱਗ, ਹੈ ਨਾ, ਉਹ ਸਹੀ ਗੱਲ ਆ। ਅਤੇ ਨੰਬਰ 2 ਇਹਨਾਂ ਨੇ ਕਿਹਾ, ਕਹਿੰਦੇ ਵੀ ਕਿੱਦਾਂ ਲੱਗਿਆ ਸਾਡੇ ਪੰਜਾਬ ਦੇ ਵਿੱਚ ਆ ਕੇ, ਕਹਿੰਦਾ ਕਿਹਦਾ ਪੰਜਾਬ, ਸਾਡਾ ਵੀ ਪੰਜਾਬ ਆ, ਕਹਿੰਦਾ ਇਹ ਦੋਨੋਂ ਪੰਜਾਬ ਸਾਡੇ ਨੇ। ਅਤੇ ਇਹ ਬਹੁਤ ਵਧੀਆ ਜਿਵੇਂ ਇਹ ਪੰਜਾਬੀ ਕੌਨਸਰਟ ਹੋਇਆ, ਇਹਦੇ ਵਿੱਚ ਪੰਜਾਬੀ ਜਵਾਨ ਨੂੰ ਲੈ ਕੇ ਬਹੁਤ ਵਧੀਆ ਵਧੀਆ ਗੱਲਾਂ ਹੋਈਆਂ, ਠੀਕ ਹੈ ਜੀ। ਅਤੇ ਇੱਕ ਉਹ ਕੁੜੀ ਨਾਲ ਇੰਟਰਵਿਊ ਕਰ ਰਹੇ ਸੀਗੇ, ਉਹ ਲਹਿੰਦੇ ਪੰਜਾਬ ਦੀ ਸੀਗੀ, ਅਤੇ ਉਹਨੇ ਕਿਹਾ ਵੀ ਮੈਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ। ਇਹ ਗਲਤ ਗੱਲ ਆ, ਜੇ ਆਪਣੀ ਮਾਂ ਬੋਲੀ ਪੰਜਾਬੀ ਆ ਤਾਂ ਆਪਾਂ ਨੂੰ ਬੋਲਣੀ ਆਉਣੀ ਚਾਹੀਦੀ ਆ, ਠੀਕ ਹੈ ਜੀ। ਹੁਣ ਮੈਂ ਆ ਜੀ, ਮੈਂ ਪੰਜਾਬੀ ਬੋਲੀ ਬੋਲਦਾ, ਠੀਕ ਹੈ ਜੀ। ਮੈਂ ਅੱਜ ਤੱਕ ਇੱਥੇ ਸਾਡੇ ਇੰਡੀਆ ਦੇ ਵਿੱਚ ਹਿੰਦੀ ਬੋਲੀ ਚੱਲਦੀ ਹੈ, ਮੈਂ ਜ਼ੋਰ ਮਾਰ ਕੇ ਹਿੰਦੀ ਹੁਣ ਤੱਕ 10 ਵਾਰੀ ਮੌਸੋ ਬੋਲੀ ਹੋਊਗੀ, ਕਿਉਂਕਿ ਬੋਲੀ ਨਹੀਂ ਜਾਂਦੀ ਹੈਗੀ, ਬਹੁਤ ਘੱਟ ਵੀ ਹਿੰਦੀ ਦੇ ਵਿੱਚ ਪੰਜਾਬੀ ਵੜ ਜਾਂਦੀ ਹੈ, ਠੀਕ ਹੈ ਜੀ। ਅਤੇ ਜਿਹੜੀ ਆਪਣੀ ਜਵਾਨ ਆ ਉਹਨੂੰ ਨਾ ਭੁੱਲੋ, ਸਿੱਖੋ ਸਾਰੀਆਂ ਜ਼ਬਾਨਾਂ ਸਿੱਖੋ, ਕੋਈ ਚੱਕਰ ਨਹੀਂ, ਪਰ ਪੰਜਾਬੀ ਮਾਂ ਬੋਲੀ ਨੂੰ ਨਾ ਭੁੱਲੋ। ਜਿਵੇਂ ਉਹ ਵੀਰ ਆਈ ਸੀਗੀ ਅਤੇ ਉਹ ਕਹਿੰਦੀ ਵੀ ਅੱਜ ਇਹ ਉਰੇ ਪੰਜਾਬੀ ਕੌਨਸਰਟ ਆ ਤਾਂ ਕਰਕੇ ਪੰਜਾਬੀ ਬੋਲ ਰਹੀ ਹੈ, ਨਹੀਂ ਇਹ ਜ਼ਿਆਦਾਤਰ ਉਰਦੂ 'ਚ ਕਰਦੀ ਹੈ ਇਹ। ਅਤੇ ਅਬੀਰਾ ਵਧੀਆ, ਉਹ ਪੰਜਾਬੀ ਦੇ ਵਿੱਚ ਬਹੁਤ ਵਧੀਆ ਸ਼ੋਅ ਚਲਾਉਂਦੀ ਆ, ਉਹ ਬਹੁਤ ਵਧੀਆ ਗੱਲ ਕਰਦੀ ਉਹ, ਅਤੇ ਮੈਨੂੰ ਵਧੀਆ ਲੱਗਿਆ ਜੀ। ਇਹ ਬਹੁਤ ਵਧੀਆ ਵੀ ਦੋ ਪੰਜਾਬਾਂ ਨੂੰ ਆਪਸ 'ਚ ਜੋੜ ਕੇ ਰੱਖਣਾ, ਠੀਕ ਹੈ ਜੀ। ਇੱਦਾਂ ਦੇ ਕੰਸਰਟ ਹੋਣੇ ਜ਼ਰੂਰੀ ਨੇ। ਚਲੋ ਠੀਕ ਹੈ ਜੀ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ, ਤੁਸੀਂ ਦੱਸੋ ਜੀ ਕਿੱਦਾਂ ਲੱਗੀ ਵੀਡੀਓ। ਚਲੋ ਜੀ, ਸਤਿ ਸ਼੍ਰੀ ਅਕਾਲ ਜੀ।